संगत दे दौड़े बई तो पता नहीं मान कि नांदे हो मेरा मान जहान वोगे, वोगे, वोगे। ते तू है तेरा नौकर हाँ गुमनाम जिया पहचान जहान ते तू है कि मैं कहीं दे मोड़ डेनाल खलोवा जिधा हान जहान ते तू है तेरे कसम में दर्द हजारा हो मेरा सिर्फ जहान ते तू है अस्सलाम वालेकुम सरगोधा रन को सब्सक्राइब करें और ताज़ा तरीन अपडेट के लिए बेल आइकन को दबाएं ਅਸਲਾਮੁਆਲੇਕ ਨਾਜ਼ਰੀਨ ਤੁਸੀਂ ਵੇਖਦੇ ਹੋ ਸਾਡਾ YouTube ਚੈਨਲ ਸਰਗੋਤ ਰੰਗ ਤੇ ਮੈਂ ਤੁਹਾਡਾ ਮੇਜ਼ਬਾਨ ਮਾਨ ਨਫੀਸ ਐ ਨਾਜ਼ਰੀਨ ਤੁਸੀਂ ਜਾਣਦੇ ਹੋ ਕਿ ਅਸੀਂ ਤੁਹਾਡੀ ਮੁਲਾਕਾਤ ਕਰਵਾਉਂਦੇ ਰਹਿੰਦੇ ਆ ਨਵੇਂ-ਨਵੇਂ ਲੋਕਾਂ ਨਾਲ ਤੇ ਕਾਬਿਲ ਲੋਕਾਂ ਦੇ ਨਾਲ ਤੇ ਅੱਜ ਸਾਡੇ ਨਾਲ ਇੱਕ ਮਸ਼ਹੂਰ ਜ਼ਮਾਨਾ ਟਿਕਟੋਕਰ ਬੈਠੇ ਨੇ ਜਨਾਬ ਇਰਫਾਨ ਨਗਾਰੀ ਸਾਹਿਬ ਦੁਨੀਆ ਨਾਂ ਦੀ ਅਜੀ ਦੀਵਾਨੀ ਖਾਸ ਕਰਕੇ ਜਿਹੜੇ ਨਾਂ ਦਾ ਅੰਦਾਜ਼ ਹੈ ਜਿਸ ਅੰਦਾਜ਼ ਵਿੱਚ ਪੰਜਾਬੀ ਪੋਇਟਰੀ ਅੱਗਾ ਟਰਾਂਸਫਰ ਕਰਦੇ ਉਹ ਇਹਨਾਂ ਦਾ ਅੰਦਾਜ਼ ਬੜਾ ਵਾਇਰਲ ਹੋਇਆ ਹੈ ਤੇ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾ ਰਹੇ ਹਾਂ ਮਸ਼ਹੂਰ ਜ਼ਮਾਨਾ ਟਿਕਟੋਕਰ ਇਰਫਾਨ ਗਾਡੀ ਸਾਹਿਬ ਅਸਲਾਮ ਵਾਲੇਕੁਮ ਵਾਲੇਕੁਮ ਅਸਲਾਮ ਕੀ ਹਾਲ ਚਾਲ ਨੇ ਗਾਡੀ ਸਾਹਿਬ ਸੇ ਤੇ ਤੁਸੀਂ ਤਾਂ ਕਿਹਾ ਮਾਲਕ ਦੇ ਸਾਨਤ ਭਾਈ ਸੁਣੋ ਅੱਜ ਕੱਲ ਕੀ ਹੋ ਰਿਹਾ ਬਸ ਫਰੀ ਹੋਰ ਕੀ ਹੋਣਾ ਅੱਛਾ ਜੀ ਹਾਂ ਅੱਛਾ ਇਹ ਸਰ ਜੀ ਦੱਸੋ ਕਿ ਟਿਕਟੋਕ ਕਦੋਂ ਦੀ ਤੁਸੀਂ ਆਗਾਜ਼ ਕੀਤਾ ਕਿੰਨੇ ਕਰਸਾ ਹੋ ਗਿਆ ਟਿਕਟੋਕ ਤਕਰੀਬਨ ਗੱਲ ਬੰਦਾ ਸੀ ਜਿਆਦਾ ਮਹੀਨੇ ਹੋ ਗਏ ਨੇ ਇਸ ਤੱਕ ਅੱਛਾ ਤਕਰੀਬਨ ਅਜੇ 1 ਸਾਲ ਹੀ ਨਹੀਂ ਹੋਇਆ ਤਾਂ ਹਾਂ ਸਾਲ ਨਹੀਂ ਪੂਰਾ ਸਹੀ ਹੋ ਗਿਆ ਅੱਛਾ ਕਿਸੇ ਦੋਸਤ ਦੇ ਕਹਣੇ ਤੇ ਟਿਕਟੋਕ ਸਟਾਰਟ ਕੀਤੀ ਜਾਂ ਐਵੇਂ ਆਪੇ ਸ਼ੌਂਕ ਲੱਗ ਗਿਆ ਵੈਸੇ ਜਿਵੇਂ ਇੱਕ ਬੰਦਾ ਮੋਬਾਈਲ ਲੈਂਦਾ ਹੈ ਮੋਬਾਈਲ ਲੈ ਟਿਕਟੋਕ ਬਣਾਣੀ ਸ਼ੁਰੂ ਕਰ ਦਿੱਤੀ ਅੰਜੇ ਇੱਕ ਦਿਨ ਦੋ ਦੋਸਤ ਜਾ ਰਹੇ ਸੀ ਦੋੜਾ ਪਸੰਦ ਆ ਗਿਆ ਸੀ ਕਿ ਜੀ ਬਣਾਣਾ ਹੈ ਅੱਛਾ ਬਣਾ ਕੇ ਉਸ ਤੋਂ ਪਹਿਲੇ ਦੋੜੇ ਅਪਲੋਡ ਕੋਈ ਨਹੀਂ ਸਕਦੇ ਇੱਕ ਸ਼ੌਕ ਆਈ ਲੇਕਿਨ ਆਪਣੇ ਹੱਥ ਤੱਕ ਇੱਕ ਨਾ ਆਪਣੇ ਯਾਨੀ ਕਿ ਦੋਸਤ ਵੇਲੀ ਬਹਿ ਗਿਆ ਰਾਤ ਨੂੰ ਬੈਠਾ ਮਹਿਫਿਲ ਲਾ ਦਿੱਤੀ ਦੋ ਚਾਰ ਦੋ ਸੁਣਾਏ ਦੋ ਚਾਰੇ ਸੁਣਾਏ ਜੀ ਕਰਕੇ ਨਾ ਸ਼ੌਕ ਤੋਂ ਵਾਤੇ ਬਚਪਨ ਦਾ ਹੀ ਆਈ ਅੱਛਾ ਅੰਜੇ ਵੀਡੀਓ ਦਾ ਦੋੜਾ ਪਸੰਦ ਆਇਆ ਤੇ ਦੋੜਾ ਸੀ ਪਸੰਦ ਕੀਤਾ ਤੇ ਉਹ ਦੋੜਾ ਸੀ ਐਡਿਟ ਕਰਕੇ ਲਾ ਦਿੱਤਾ ਅੱਛਾ ਉਹ ਬਸ ਦੋੜਾ ਇਹ ਦੋਸਤੇ ਦਿਨ ਚੈੱਕ ਕੀਤਾ ਤੇ ਮਿਲ ਹੀ ਨਹੀਂ ਚਾਹੀ। ਅੱਛਾ। ਹਾਂ ਬਸ ਉਥਾਂ ਬਾਤ ਨਾਲ ਨਾਲੇ ਕੰਮ ਵੀ ਸਟਾਰਟ ਕਰ। ਅੱਛਾ ਪਹਿਲੀ ਵੀਡੀਓ ਹੀ ਮਿਲ ਲਈ ਨਹੀਂ ਚਾਹੀ। ਹਾਂ ਪਹਿਲੀ ਜਿਹੜੀ ਦੋਹਰੇ ਦੀ ਵੀਡੀਓ ਹੀ ਲਾਈ ਹੈ ਨਾ ਪਹਿਲੀ ਮਿਲੀਆਂ ਦੇ ਵਿੱਚ ਗਈ। ਯਾਹ ਕਿੰਨੇ ਜ਼ਬਰਦਸਤ ਕਮਾਲ ਹੋ ਗਿਆ। ਅੱਛਾ ਇਹ ਦੱਸੋ ਫਿਰ ਉਸ ਤੋਂ ਬਾਅਦ ਤੁਸੀਂ ਕੋਈ ਸ਼ਾਇਰ ਚੁਣਿਆ ਭਈ ਨਾ ਦੀ ਮੈਂ ਸ਼ਗਿਰਦੀ ਇਖਤਿਆਰ ਕਰਨੀ ਹੈ। ਜੀ ਜੀ ਬਿਲਕੁਲ ਉਸ ਆਦਮੀ ਸੰਖੋਖਰ ਸਾਹਿਬ। ਅੱਛਾ ਤੁਸੀਂ ਉਹਨਾਂ ਦਾ ਇੰਟਰਵਿਊ ਵੀ ਕੀਤਾ ਸ਼ਾਇਰੀ ਵੀ ਸੁਣਦੇ ਤਾਂ ਦੋ ਬਿਲਕੁਲ। ਬਸ ਜੀ ਉਹ ਹੀ ਉਸਤਾਦ ਨੇ ਜੋ ਕੁਝ ਵੀ ਨੂੰ ਹੋਈ ਹੈ। ਬਾਕੀ ਇੱਕ ਸ਼ਾਇਰੀ ਤੋਂ ਹਟ ਕੇ ਮੀ ਸੰਖੋਖ ਖਜ਼ੜਾ ਹੈ ਉਸ ਨੇ ਇਸਨ ਨੇਚਰ ਇਤਨੀ ਇੱਕ ਪਸੰਦ ਆਈ ਨਾ ਬਈਆ ਤੁਸੀਂ ਵੀ ਮਿਲੇ ਉਹਨੂੰ ਜਿਸ ਮੈਨੂੰ ਨਾਲਸ ਮਿਲਣਾ ਹੈ ਕਿ اخਲਾਕੀ ਤੌਰ ਤੇ ਮਿਲਦੇ ਹਨ ਅਸੀਂ ਗਾਇਆ ਬੜੇ ਲੋਗਾ ਕੋਲ ਅਸੀਂ ਗਾਇਆ ਬੜੇ ਬੜੇ ਲੋਗੋ ਕੋਲ ਅਸੀਂ ਗਾਇਆ ਲੇਕਿਨ ਜਿਵੇਂ ਮੀ ਸੰਖੋਖ ਸਾਹਿਬ ਗਾਇਆ ਜਿਵੇਂ ਉਹਨਾਂ ਸਾਡਾ ਇਸਤਕਬਾਲ ਕੀਤਾ ਜਿਤਨੀ ਉਹਨਾਂ ਸਾਡੀ ਇੱਜ਼ਤ ਕੀਤੀ ਜੀ ਬੜੇ ਆਲਾ ਜ਼ਰਫੇ ਇਨਸਾਨ ਹੈ ਤੇ ਮੁਲਾਜ਼ਮਤ ਕਰਦੇ ਪੈਨ ਉਸ ਦੇ باوجود ਸ਼ਹਿਰੋ ਸ਼ਰੀ ਤੇ ਬੜੇ ਅੰਦਾਜ਼ ਵਾਲੇ ਉਹਨਾਂ ਦੇ ਜਿਹੜੇ ਦੌੜੇ ਹੁੰਦੇ ਨਾ ਤੇ ਤੁਹਾਡਾ ਸਭ ਤੋਂ ਪਹਿਲਾ 도ੜਾ ਕਿਹੜਾ ਵਾਇਰਲ ਹੋਇਆ 도ੜਾ ਦਾਜ ਸਾਹਿਬਾਂ ਦਾ 도ੜਾਈ ਜੀ ਉਹ ਫਿਰ ਪੇਸ਼ ਕਰੋ ਸਾਡੇ ਵੀਅਰ ਅੱਗੇ ਬਈ ਸੁਖੀ ਕੁਝ ਵੀ ਨਾਏ ਸਾਡੀ ਸੰਗਤ ਤੋਂ ਪਹਿਲੇ ਤੂੰ ਹੁਣ ਗੁਲਸ਼ਨ ਬਣ ਗਏ ਹੋ ਕੀ ਕਹਿਣ ਵਾ ਅਜੜੀ ਅਸਰ ਪੇਚਾਨ ਤੁਹਾਡੀ ਆਉ ਤੇ ਕਿਉਂ ਦੁਸ਼ਮਣ ਬਣ ਗਏ ਹੋ ਕਦੀ ਆਤਾ ਹਾਂ ਮੈਂ ਪਾਸ ਨਾ ਵੈਸਾਂ ਖੁਦ ਪਰਲੀ ਮਣ ਬਣ ਗਏ ਹੋ ਨਾ ਬਾਈ ਤੇ ਸੋਨੇ ਥੱਕਦੇ ਹੀ ਨਾ ਆਇਆ ਜੀ ਤੇ ਚੰਦ ਬਣ ਗਏ ਹੋ ਜੀ ਜੀ ਕਮਾਲ ਹੋ ਗਿਆ अच्छा ये ਤੁਹਾਡਾ ਪਹਿਲਾ ਡੋੜਾ ਜਿਹੜਾ ਬਹੁਤ ਜ਼ਿਆਦਾ ਵਾਇਰਲ ਹੋਇਆ। ਕੀ ਕਹਨੇ ਜ਼ਬਰਦਸਤ ਕਮਾਲ ਹੋ ਗਿਆ। ਤੇ ਹੁਣ ਤੁਹਾਨੂੰ 1 ਸਾਲ ਹੋਣਿਆਲਾ ਟਿਕਟੋਕ ਤੇ ਬੜੇ ਤੁਹਾਡੀ ਫੈਨ ਫੋਲੋਇੰਗ ਹੈ ਮਾਸ਼ਾਅੱਲਾ ਜਿੱਥੇ ਜਾਣਦੇ ਹੋ ਲੋਕ ਇੱਜ਼ਤ ਕਰਦੇ ਨੇ ਤੇ ਕਿਵੇਂ ਆ ਫੀਲ ਹੁੰਦਾ? ਕਾਫੀ ਅੱਛਾ ਫੀਲ ਹੁੰਦਾ ਜਿੱਲੇ ਬੰਦਾ ਜਾਣਦਾ ਹੈ ਤੇ ਅੱਗੂ ਦੋਸਤ ਮਿਲਦੇ ਨੇ ਫੈਨ ਫੈਨ ਤਾਂ ਖੈਰ ਕਿਹੜੇ ਸਾਰੇ ਭਾਈ ਇਹਨ। ਅੱਛਾ ਇਹ ਚੀਜ਼ ਨਹੀਂ ਹੈ ਸਾਡੇ ਸਾਰੇ ਭਾਈ ਮਿਲਦੇ ਨੇ ਖੁਸ਼ ਹੋ ਕੇ ਮਿਲਦੇ ਨੇ ਕਾਫੀ ਖੁਸ਼ੀ ਹੁੰਦੀ ਜਿੱਲੇ ਭਾਈਆ ਬਾਬ ਮਿਲਦੇ ਨੇ। ਸਹੀ ਹੋ ਗਿਆ। ਅੱਛਾ ਇਹ ਦੱਸੋ ਕੋਈ ਆਪਣੇ ਦੋੜੇ ਲਿਖੇ ਵੀ ਹੈ ਜਾਂ ਸਿਰਫ ਜੀ ਜੀ ਆਪਣੇ ਦੋੜੇ ਲਿਖੇ ਹਨ ਲੇਕਿਨ ਇਤਨੇ ਜ਼ਿਆਦਾ ਨਹੀਂ ਲਿਖੇ ਅੱਛਾ ਬਸ ਅਗਰ ਲਿਖੇ ਵੀ ਹਨ ਤਾਂ ਜ਼ਿਆਦਾ ਨਹੀਂ ਬਾਦ ਯਾਨੀ ਕਿ ਜਿਹੜੇ ਕਿਸ ਤਰ੍ਹਾਂ ਦੇ ਅੱਛਾ ਇੱਕ ਕੋਈ ਦੋੜਾ ਸੰ ਸੁਣਾਓ ਜਿਹੜਾ ਤੁਸੀਂ ਆਪ ਲਿਖਿਆ ਬਈ ਇਸ ਉਮਰ ਦੇ ਐਨ ਸ਼ਬਾਬ ਦੇ ਵਿੱਚ ਜਵਾਨੀ ਦੇ ਵਕਤ ਹੈ ਹਾਂ ਇਸ ਉਮਰ ਇਸ ਉਮਰ ਦੇ ਐਨ ਸ਼ਬਾਬ ਦੇ ਵਿੱਚ ਮੈਂ ਲੱਗਦੇ ਛੋੜ ਕੇ ਵਗ ਗਏ ਵਾਹ ਜਗਰਾਤਾਂ ਨਾਲ ਸਾ ਜ਼ਿੰਦਗੀ ਦੇ ਮੇਰੇ ਰਿਸ਼ਤੇ ਜੋੜ ਕੇ ਵਗ ਹੈ ਓਏ ਹੋਏ ਲਾਈ ਪਿਆਰ ਪ੍ਰੀਤ ਮੁਹੱਬਤ ਦੀ ਇਤਫਾਨਾ ਜੋੜ ਕੇ ਵਗ ਹੈ ਜਿਹੜੀ ਬੇੜੀ ਦੇ ਮਨਸਫਾਪ ਮਲਾ ਹਾਂ ਨਵਾਦ ਦੇਚ ਬੋੜ ਕੇ ਵਗ ਹੈ ਵਗ ਹੈ ਓਏ ਹੋਏ ਕਮਾਲ ਸ਼ਾਇਰੀ ਤੁਹਾਡੀ ਆਪਣੀ ਮਾਸ਼ਾਅੱਲਾ ਤੇ ਇੱਕੋ ਹੀ ਸਪੈਸ਼ਲ ਡਾਇਰੀ ਬਣਾਈ ਹੋਈ ਜਿਸ ਤੇ ਤਾਰੀਫ਼ ਕਰ ਦਉ ਕਿਉਂਕਿ ਮੈਂ ਮਿਸ ਮਿਸ ਹਮਸਾਬ ਕੋਲ ਗਿਆ ਜਿਵੇਂ ਉਸਤਾ ਦੀ ਵੀ ਇਹ ਚੀਜ਼ ਹੈ ਨਾ ਪਰ ਡੈਰੀ ਸ਼ਾਇਰੀ ਕੋ ਨਹੀਂ ਬਸ ਜ਼ਿਹਨ ਦੇ ਵਿੱਚ ਡੈਰੀ ਹੈ ਇਹ ਗੱਲ ਬੜੀ ਗੱਲ ਲੈ ਅੱਜ ਕੱਲ ਕੋਈ ਚੀਜ਼ ਇਹਨਾਂ ਚ ਰੱਖਣੀ ਬੜੀ ਵੱਡੀ ਗੱਲ ਹੈ ਬੜੀ ਮੁਸ਼ਕਿਲ ਹੁੰਦਾ ਤੇ ਮੀਸਨ ਸਾਹਿਬ ਵੀ ਕਹਿੰਦੇ ਨੇ ਕਿ ਮੈਂ ਅਜ ਤੱਕ ਕੋਈ ਸ਼ੇਰ ਆਪਣਾ ਲਿਖਿਆ ਨਹੀਂ ਸਾਡਾ ਕਿਉਂਕਿ ਇਹ ਕਮਾਈ ਦੇ ਜ਼ਰੀਏ ਨਹੀਂ ਹੈ ਨਾ ਸਾਡਾ ਕੋਈ ਇਹ ਵੀ ਹੁੰਦਾ ਹੈ ਸਾਡਾ ਆਪਣਾ ਸ਼ੌਕ ਦੇ ਜ਼ਰੀਏ ਸਾਡੇ ਚੀਜ਼ ਦਾ ਸ਼ੌਕ ਹੈ ਬਿਲਕੁਲ ਜ਼ਬਰਦਸਤ ਅਸੀਂ ਇਹਨਾਂ ਸ਼ੌਕ ਨੂੰ ਸ਼ੌਕ ਦੀ ਹੱਦ ਤੱਕ ਰੱਖੋ ਯਾਨੀ ਕਿ ਸ਼ੌਕ ਇਹਦਾ ਕੀਤੋ ਹੈ ਬਸ ਸ਼ੌਕ ਜਿਹੜਾ ਹੋਵੇ ਨੋ ਬੜਾ ਪਿਆਰਾ ਹੁੰਦਾ ਜਿਸ ਚੀਜ਼ ਦਾ ਵੀ ਹੋਵੇ ਇੰਜ ਕਰ ਤੇ ਅਸੀਂ ਇਸ ਚੀਜ਼ ਨੂੰ ਸ਼ੌਕ ਦੀ ਹੱਦ ਤੱਕ ਕਾਫੀ ਲੋਕ ਹੁੰਦੇ ਜੀ ਇਸ ਚੀਜ਼ ਨੂੰ ਕਮਾਈ ਦਾ ਜ਼ਰੀਆ ਬਣਾ ਲਿਆ ਥੋੜੇ ਜਿਹੇ ਵੈਦ ਲੋਕ ਹੈ ਜੀ 5000 ਦੋੜੇ ਦਾ 3022 ਦਾ ਇਹ ਵਗੇ ਪਿੱਛੇ ਉਹ ਕੰਮ ਆਈ ਤੇ ਨਹੀਂ ਕੀਤਾ ਉਹ ਜਿਵੇਂ ਸਾਧਮੀ ਸੰਸਾ ਬਣਾ ਦੋੜੇ ਇਹ ਨਾ ਬਾਖ ਲਈ ਤੋ ਸਾਬਤ ਕਰ ਜੀ ਦਿਲ ਵਿੱਚ ਕੋਈ ਵਸਾਇਆ ਹੈ ਵਾਹ तो उस तरीके साथ भी भां खाली है कोई बंद सी आख को सा दौड़े पांच सौ लिया हज़ार लिया पांच हज़ार लिया चार हज़ार लिया मंगे भी नहीं किसी दवाई तीन जिस बंद हो सकया आसानी ना बन सक है फोन तो बना दिता नहीं तो आसानी फोन से नहीं बनता उन्होंने आख्या आ जाओ उन्होंने खिदमत भी की जो गरीबी दा हो सकती बंदे कद ਤੇ ਬਾਕੀ ਉਹਨਾਂ ਨੇ ਟਾਈਮ ਵੀ ਦਿੱਤਾ ਉਹਨਾਂ ਦੀ ਵੀਡੀਓ ਬਣਾ ਕੇ ਦਿੱਤੀ ਕਿਆ ਕਹਿੰਦੇ ਜ਼ਬਰਦਸਤ ਯਾਨੀ ਪਾਕਿਸਤਾਨ ਦੇ ਵਿੱਚ ਇਹ ਚੀਜ਼ ਆਮ ਹੈ ਕਿ ਲੋਕ ਨੂੰ ਥੋੜੀ ਬਹੁਤ ਸ਼ੋਹਰਤ ਮਿਲ ਜਾਏ ਤੇ ਫਿਰ ਉਹ ਗਰੂਰ ਵਿੱਚ ਆ ਜਾਂਦੇ ਨੇ ਮਗਰੂਰ ਹੋ ਜਾਂਦੇ ਨੇ ਤੇ ਮਾਸ਼ਾਅੱਲਾ ਤੁਸੀਂ ਬਹੁਤ ਕਾਬਿਲ ਹੋ ਪਹਿਲੇ ਤੁਹਾਡੇ ਨਾਲ ਕਾਫੀ ਜਗਤ ਤੇ ਮੁਲਾਕਾਤ ਹੋ ਚੁੱਕੀ ਹੈ ਤੇ ਇਹ ਦੱਸੋ ਭਾਈ ਇਹ ਯਾਨੀ ਕਿ ਤੁਸੀਂ ਕਰਦੇ ਹੋ ਸ਼ਹਿਰ ਉਸ਼ਾਰੀ ਸ਼ੌਂਕ ਹੈ ਤੁਹਾਡਾ ਇਸ ਤੋਂ ਇਲਾਵਾ ਤੁਸੀਂ ਕੋਈ ਆਪਣਾ ਜ਼ਾਤੀ ਕੰਮ ਕੀ ਕਰਦੇ ਹੋ ਨਹੀਂ ਇਸ ਤੋਂ ਇਲਾਵਾ ਫ੍ਰੀ ਹੁੰਦਾ ਬਸ ਅੱਛਾ ਫ੍ਰੀ ਹੁੰਦਾ ਬਸ ਇੰਜੋਏ ਕਰ ਰਹੇ ਹੋ ਇਹ ਇੰਜੋਏ ਕਰਦੇ ਹਾਂ ਸਹੀ ਹੋ ਗਿਆ ਇਹ ਹੁਣ ਆਏ

ਮਜ਼ੀਦ ਕੋਈ ਜਿਹੜੇ ਤੁਹਾਡੇ ਉਸਤਾਦਾਂ ਦੇ ਦੌੜੇ ਨੇ ਜਿਹੜੇ ਤੁਹਾਡੇ ਫੇਵਰਿਟ ਦੌੜੇ ਨੇ ਉਹ ਉਸਤਾਦਾ ਸਾਹਿਬ ਦਾ ਫੇਵਰਿਟ ਦੌੜੇ ਉਹਦੇ ਬਾਅਦ ਉਹਦੇ ਬਾਅਦ ਕੋਈ ਬਸ਼ਦ ਪਸੰਦ ਨਾ ਆਇਆ ਇਹ ਦਿਲ ਨੂੰ ਤਾਲੇ ਲੱਗ ਗਏ ਵਾਹ ਉਹਨੂੰ ਬੁਲਣ ਦੀ ਕੋਸ਼ਿਸ਼ ਬੇਸੂਦ ਰਹੀ ਸਾਡੇ ਜ਼ੋਰ ਵੀ ਬਾਲੇ ਲੱਗ ਗਏ ਅਦਮਾਨ ਇਸ ਗੱਲ ਦੇ ਨੇ ਬਸਾਂ ਉਹਨਾਂ ਦੇ ਚੇਤੇ ਉਹ ਹੋਰ ਖਿਆਲੇ ਲੱਗ ਗਏ ਉਹ ਦਿਲਾ ਪਰਵਾਹੀ ਦਾ ਸਦਕਾ ਮੀਸਮ ਸਾਡੇ ਜ਼ਿਹਨ ਨੂੰ ਜਾਲੇ ਲੱਗ ਗਏ ਵਾਹ ਵਾਹ ਕਾ ਕਹਿੰਦੇ ਅੱਛਾ ਨਾ ਇੱਕ ਗੱਲ ਵੇਖਣ ਨੂੰ ਲੱਗੀ ਲੋਕ ਇਹ ਕਰਦੇ ਆ ਭਈ ਸ਼ੇਰ ਉਸ਼ਾਰੀ ਕਰਦੇ ਆ ਤੇ ਜਿਸ ਟਾਈਮ ਉਹ ਕਰ ਰਹੇ ਹੁੰਦੇ ਆ ਸ਼ੇਰ ਉਸ਼ਾਰੀ ਫਿਰ ਉਹ ਨਾ ਸ਼ਾਇਰ ਦਾ ਵਿੱਚ ਕੋਈ ਨਹੀਂ ਚਾਹੁੰਦੇ ਫਿਰ ਉਹ ਆਪਣਾ ਵੀ ਨਾ ਐਡ ਕਰਦੇ ਨੇ ਇਸ ਤਰ੍ਹਾਂ ਨਹੀਂ ਇਹ ਚੀਜ਼ ਸਭ ਤੋਂ ਜ਼ਿਆਦਾ ਗਲਤ ਹੈ ਮੇਰੇ ਕੋਲ ਜ਼ਿੰਦਗੀ ਇਹ ਨਾ ਇੱਕ ਦੋੜੇ ਚੁੱਕ ਚੁੱਕ ਲੱਗੀ ਆਈ ਤੇ ਮੈਂ ਆਪ ਨੂੰ ਕਾਫੀ ਜ਼ਿਆਦਾ ਫੀਲ ਹੋਇਆ ਹੈ ਪਿਛਲੇ ਦਿਨਾਂ ਚ ਇੱਕ ਉਹ ਲੜਕਾ ਛੋਟਾ ਵੈਰ ਲੋਏ ਵਦੇ ਮੇਰੇ ਖਿਆਲ ਚ ਜੋ ਗਿਰੋੜ ਦਾ ਤੇ ਉਹ ਵਾਇਰਲ ਹੋਏ ਵਧੇ ਤੇ ਉਸ ਕੀ ਕੰਮ ਕੀਤਾ ਉਸ ਬੰਦੇ ਉਸ ਬੰਦੇ ਮਾਦ ਵੇਲ ਜਿਹੜਾ ਮੇਰਾ ਦੋਸਤ ਤੇ ਜਿਸ ਤੇ ਮੈਂ ਪਹਿਲੇ ਵੀਡੀਓ ਬਣਾਈ ਤੇ ਵਾਇਰਲ ਹੋਈ ਏ ਸ਼ਾਇਦ ਮਾਦ ਉਹਦਾ ਦੋੜਾ ਕਿ ਆ ਬਖਤ ਸਜਣ ਗਿਣੀਂਦੇ ਇਹਨਾਂ ਨੇ ਕਈ ਸਹਿ ਪਿਤੇਦ ਮਸੇਦਾਂ ਲੱਤ ਸਾਡੀ ਭੋਏ ਤੇ ਨਹੀਂ ਲੱਗਦੀ ਕੋਈ ਸਾਨ ਵੀ ਢੇਰ ਹਨੇਰਾਂ ਇਹ ਲਾ ਦੋੜਾ ਇਹ ਉਹਦਾ ਤੇ ਉਸ ਦੋੜੇ ਦੇ ਵਿੱਚ ਨਾ ਇੱਕ ਨਿੱਕੋ ਸ਼ੋ ਜਿਹੜੀ ਨਾ ਜਾਤੀ ਕੀਤੀ ਮਾਦ ਵੇਲ ਨਾਲ ਉਸ ਮਾਦ ਵੇਲ ਦਾ ਨਾਂ ਕੱਟ ਦਿੱਤਾ ਅੱਛਾ ਉਸ ਆਪਣਾ ਵੇਲਾ ਦਿੱਤਾ ਨਹੀਂ ਉਹ ਮੈਂ ਇਹੀ ਕਹਿ ਰਹਾ ਨਾ ਐਸੀ ਵੇਖਣ ਤੁਸੀਂ ਜਿੰਦੇ ਥੋੜੇ ਪੜਦੇ ਹੋ ਨਾ ਉਹਨਾਂ ਦਾ ਹੀ ਫੇਰ ਨਾ ਲੈਂਦੇ ਤੇ ਮੀ ਸੰਸਮ ਸਾਹਿਬ ਕੋਲ ਗਏ ਉਹਨਾਂ ਕਹਿਆ ਸਭ ਤੋਂ ਵੱਡੀ ਕਮੀਨੀ ਹਰਕਤ ਏ ਜਿਹੜੇ ਲੋਕ ਵਿੱਚ ਸ਼ਾਇਰ ਦਾ ਨਾਮ ਉਹਨਾਂ ਦੀ ਮਿਹਨਤ ਵੰਜਾ ਕੇ ਰੱਖਦੇ ਇਹ ਕਾਫੀ ਟਾਈਮ ਲੱਗਦਾ ਭਾਈ ਜੀ ਅਗਰ ਚੰਗਾ ਥੋੜਾ ਲਿਖ ਕੇ ਲਿਆਉ ਤੇ ਗੱਲ ਕਿਸੇ ਕੂੜ ਨਹੀਂ ਆਖਿਆ ਬਈ ਖੂਨ ਸੜਦਾ ਤੇ ਅਗਰ ਚੰਗਾ ਥੋੜਾ ਬਹਿ ਕੇ ਸੁਣੋ ਨਾ ਸਹੀ ਗੱਲ ਸਮਝੋ ਤਵਤ ਵੀ ਖੂਨ ਸੜਦਾ ਇਹਨੇ ਗੱਲ ਹੈ ਤੇ ਜ਼ਿਆਦਾ ਗੱਲ ਹੈ ਜਿਸ ਬੰਦੇ ਟਾਈਮ ਲਾ ਕੇ ਇੱਕ ਚੀਜ਼ ਲਿਖੀ ਹੋਵੇ ਸੋਚ ਕੇ ਲਿਖੀ ਹੋਵੇ ਤੇ ਵਾਤ ਉਸ ਨੂੰ ਉਹਦੇ ਵਿੱਚੋਂ ਨਾ ਖਤਮ ਕਰ ਦੇਣਾ ਉਸਨੂੰ ਬਹੁਤ ਕਾਫੀ ਜ਼ਿਆਤੀ ਹੁੰਦੀ ਹੈ ਅੱਛਾ ਇਹ ਚੀਜ਼ ਨਹੀਂ ਕੀਤੀ ਅੱਛਾ ਗਾਡੀ ਸਾਹਿਬ ਹੋਣ ਮਾਸ਼ਾਅੱਲਾ ਤੁਹਾਡੇ ਤੇ ਸੰਗਤ ਸਾਰੀ ਬੈਠੀ ਤੇ ਕੋਈ ਸੰਗਤ ਰਿਲੇਟਡ ਦੋੜਾ ਪੇਸ਼ ਕਰੋ ਬਿਲਕੁਲ ਜੀ ਜ਼ਿੰਦਗੀ ਹੀ ਸਾਜ਼ ਜ਼ਿੰਦਗੀ ਬਣਾਈ ਸਜਣ ਅੱਛਾ ਸੰਗਤ ਦੇ ਦੋਲੇ ਬਈ ਤੂੰ ਨਾ ਪਤਨ ਨਹੀਂ ਮਾਨ ਕਿ ਨਾਂਦੇ ਹੋਸੈਨ ਮੇਰਾ ਮਾਨ ਜਹਾਨ ਤੇ ਤੂੰ ਵੇ ਓਏ ਹੋਏ

ਇਕੱਠਾ ਜਾਇਦਾਦ ਦੇਵਿੰਦਰ ਚੰਦ ਬੇਲੀਨ ਯਾ ਦਾ ਗਜ਼ ਕਫਨ ਦਾ ਲੱਠਾ ਓਏ ਹੋਏ ਹੋਏ ਕਮਾਲ ਕਰ ਦਿੱਤੇ ਨੇ ਗਾੜੀ ਸਾ